ਤarafਵਾ ਦਾ। 임ਰਾਨ ਲੱਕੀਵਾਲੀ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਆ। ਅੱਜ ਸਮੂਹ ਧਾਰਮਿਕ ਅਤੇ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਸੰਤ ਸਮਾਜ ਦੀ ਰਹਿਨਮਾਈ ਜਿਹੜਾ ਅੱਜ ਐਡੀਸੀ ਸਾਹਿਬ ਨੂੰ ਕਮਾਂਗ ਪੱਤਰ ਦਿੱਤਾ ਵਾ ਜਿਹਦੇ ਵਿੱਚ ਜਿਹੜਾ ACP ਨਾਰਥ ਨਾਲ ਜਿਹੜੇ ਵਰਿੰਦਰ ਸਿੰਘ ਖੋਸਾ ਜੀ ਆ ਉਹਨਾਂ ਵੱਲੋਂ ਜਿਹੜਾ ਵਾਲਮੀਕੀ ਸਮਾਜ ਦੇ ਜਿਹੜੇ ਆਗੂ ਆ ਔਰ ਸੰਤ ਸਮਾਜ ਜਿਹੜਾ ਵਾ ਉਹਨਾਂ ਨਾਲ ਬਹੁਤ ਜ਼ਿਆਦਾ ਇੱਕ ਬਦਸਲੂਕੀ ਕੀਤੀ ਜਾਂਦੀ ਹੈ। ਇਹ ਬੀਤੇ 15 ਨੂੰ ਜਿਹੜਾ ਸਾਡੇ ਸਮਾਜ ਦੇ ਜਿਹੜੇ ਬਹੁਤ ਹੀ ਸਤਕਾਰਯੋਗ ਸੰਤ ਜਿਹੜੇ ਆ ਸੰਤ ਬਾਬਾ ਸਨੀਨਾਥ ਜੀ ਉਹਨਾਂ ਕੋ ਗਏ ਆ। ਡੇਢ ਘੰਟਾ ਬਿਨ ਬਗੈਰ ਕਾਰਨ ਉਹਨਾਂ ਨੂੰ ਬਿਠਾਈ ਰੱਖਿਆ ਔਰ ਜਿਸ ਵੇਲੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਫੋਨ ਕੱਢ ਦਿੱਤਾ ਔਰ ਬਾਹਰ ਆ ਕੇ ਜਿਸ ਵੇਲੇ ਬਾਬਾ ਜੀ ਨੇ ਖੋਸਾ ਸਾਹਿਬ ਨਾਲ ਗੱਲ ਕੀਤੀ ਹੈ ਕਿ ਜੀ ਮੈਂ ਤੁਹਾਨੂੰ ਮਿਲਣ ਆਇਆ ਮੈਂ ਕਹਿੰਦੇ ਜੀ ਮੈਂ ਵੇਲਾ ਨਹੀਂ ਹੈਗਾ ਮੈਂ ਤੁਹਾਡਾ ਕੰਮ ਚੜਾਵਾ ਕਰ ਦਵਾਂਗਾ ਉਸ ਤੋਂ ਬਾਅਦ ਜਿਹੜਾ ਜਦੋਂ ਜਥੇਬੰਦੀਆਂ ਤੱਕ ਗੱਲ ਪਹੁੰਚੀ ਆ ਤੇ ਜਥੇਬੰਦੀਆਂ ਨੇ ਜਦੋਂ ਉਹਨਾਂ ਨਾਲ ਫੋਨ ਤੇ ਰਾਬਤਾ ਕੀਤਾ ਵਾ ਤੇ ਉਹ ਕਹਿੰਦੇ ਜੀ ਨੈਕਸਟ ਡੇ ਤੁਸੀਂ ਮੇਰੇ ਕੋਲ ਆ ਜਾਓ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਉਹਨਾਂ ਨੇ ਮਿਲਣਾ ਜਿਹੜਾ ਵਾ ਠੀਕ ਨਹੀਂ ਸਮਝਿਆ ਜਿਹੜੇ ਇਹੋ ਜਿਹੇ ਅਫਸਰ ਆ ਜਿਨ੍ਹਾਂ ਦੇ ਧੌਂ ਚ ਕਿੱਲਾ ਗੱਡਿਆ ਆ ਵਾ ਔਰ ਜਿਹੜੇ ਸਾਡੇ ਵਾਲਮੀਕੀ ਸਮਾਜ ਦੇ ਸੰਤਾਂ ਨੂੰ ਜਿਹੜੇ ਆਗੂਆਂ ਨੂੰ ਜਿਹੜਾ ਮਿਲਣਾ ਠੀਕ ਨਹੀਂ ਸਮੇਂ ਦੇ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਵਾ ਅਸੀਂ ਅੱਜ ਏਡੀਸੀ ਸਾਹਿਬ ਰਾਹੀਂ ਜਿਹੜਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀਆਂ ਕੇ ਮੰਗ ਪੱਤਰ ਤੇ ਤਾਵਾ ਕਿ ਜੇਕਰ ਇਹੋ ਜਿਹੇ ਹੀ ਅਫਸਰਾਂ ਦੇ ਨਾਲ ਇਹਨਾਂ ਨੇ ਅਫਸਰਾਂ ਨੇ ਸਾਡੇ ਸਮਾਜ ਦੇ ਆਗੂਆਂ ਨਾਲ ਜੇ ਸਾਡੇ ਸੰਤਾਂ ਦੇ ਨਾਲ ਐ ਸਹਿ ਵਤੀਰਾ ਕਰਨਾ ਵਾ ਤੇ ਜਿਹੜਾ ਵਾਲਮੀਕੀ ਸੰਤ ਆਪਣਾ ਸਮਾਜ ਹੈਗਾ ਵਾ ਉਹ ਆਪਣੇ ਜਿਹੜੇ ਸਾਡੇ ਸੰਤ ਹੈਗੇ ਆ ਉਹਨਾਂ ਦੀ ਜਿਹੜੀ ਮਾਨ ਸਨਮਾਨ ਦੀ ਰਾਖੀ ਲਈ ਦਿਨ ਸੰਘਰਸ਼ ਲਈ ਹਰ ਵੇਲੇ ਤਿਆਰ ਰਹੂਗਾ ਔਰ ਇੱਕ ਵੱਡਾ ਸੰਘਰਸ਼ ਕੀਤਾ ਜਾਊਗਾ ਔਰ اے ਏਸੀਪੀ ਨਾਰਥ ਜਿਹੜਾ ਵਾ ਇੱਕ ਜਿਹੜਾ ਬਹੁਤ ਹੀ ਹੰਕਾਰੀ ਅਫਸਰ ਆ ਔਰ ਇਹ ਇੱਕ ਜਿਹੜਾ ਕਿਸੇ ਨੂੰ ਮਿਲਦਾ ਨਹੀਂ ਹੈਗਾ ਔਰ ਜਿਹੜੀ ਇਹਦੀ ਪਬਲਿਕ ਡੀਲਿੰਗ ਆ ਬਿਲਕੁਲ ਹੀ ਜ਼ੀਰੋ ਆ ਜਦੋਂ ਵੀ ਇਹਨੂੰ ਕਿਸੇ ਮਸਲੇ ਦੇ ਬਾਰੇ ਇਹਨੂੰ ਫੋਨ ਕੀਤਾ ਜਾਂਦਾ ਵਾ ਜਾਂ ਕੀਤਾ ਜਾਂਦਾ ਵਾ ਇਹਨਾਂ ਨਾਲ ਮਿਲਣ ਦਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾਲ ਨਹੀਂ ਮਿਲਦਾ ਔਰ ਪਿਛਲੇ ਦੋ ਦੋ ਤਿੰਨ ਤਿੰਨ ਸਾਲ ਤੋਂ ਜਿਹੜੇ ਆ ਕੇਸ ਜਿਹੜੇ ਇਹਨਾਂ ਕੋ ਪੈਂਡਿੰਗ ਪਏ ਆ ਜਦੋਂ ਪੁੱਛਦੇ ਆਂ ਤੇ ਅੱਗੋਂ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਮੈਸ ਬਿਹੇਵ ਹੁੰਦਾ ਵਾ ਜਿਸ ਬੰਦੇ ਵਿੱਚ ਵੀ ਅ ਕਿ ਸੰਤ ਸਮਾਜ ਵੀ ਇੱਕ ਇਸ ਰੋਸ਼ਵਜੂ ਅੱਜ ਇੱਥੇ ਆਇਆ ਵਾ ਸਾਡੇ ਸੰਤ ਬਾਬਾ ਪੰਕੇਨਾਥ ਜੀ ਵੀ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਹੋਏ ਆ ਕਿਉਂਕਿ ਇੱਕ ਸੰਤਾਂ ਦੇ ਵਿੱਚ ਇੱਕ ਬਹੁਤ ਭਾਰਾ ਭਾਰੀ ਰੋਸ ਪਾਇਆ ਜਾ ਰਿਹਾ ਵਾ ਇੱਕ ਸੰਤ ਦਾ ਜਿਹੜਾ અપਮਾਨ ਕੀਤਾ ਗਿਆ ਵਾ ਔਰ ਕਾਰਨ ਇਹੀ ਹੈ ਕਿ ਵੀ ਇੱਕ ਵਾਲਮੀਕੀ ਸੰਤਾ ਜੇ ਕਿਸੇ ਮੈਂ ਸਮਝਦਾ ਵਾਂ ਜੇ ਕਿਸੇ ਜਾਤੀ ਵਿਸ਼ੇਸ਼ ਜਾਂ ਧਰਮ ਵਿਸ਼ੇਸ਼ ਦੇ ਕੋਈ ਸੰਤ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਮਿਸਬੀਹ ਨਹੀਂ ਕੀਤਾ ਜਾਣਾ ਸੀਗਾ ਇਹ ਕਾਰਨ ਇਹੀ ਹੈ ਕਿ ਵੀ ਇਹ ਇਹਨਾਂ ਦੇ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਇੱਕ ਜਾਤੀਵਾਦ ਦਾ ਜਿਹੜਾ ਕੀੜਾ ਵਾ ਉਹ ਜਿਹੜਾ ਅੱਜ ਬਿਲਕੁਲ ਵੀ ਨਹੀਂ ਨਿਕਲਦਾ ਪਿਆ ਪਰ ਸਾਡਾ ਸਮਾਜ ਜਿਹੜਾ ਵਾ ਇਹ ਕੀੜੇ ਨੂੰ ਜਿਹੜਾ ਕੱਢਣਾ ਜਾਣਦਾ ਵਾ ਔਰ ਅਸੀਂ ਕੱਢ ਕੇ ਰਵਾਂਗੇ ਔਰ ਇਹਦੇ ਦਫ਼ਤਰ ਦਾ ਘਰਾਵ ਕਰਾਂਗੇ ਜੇਕਰ ਪ੍ਰਸ਼ਾਸਨ ਨੇ ਸਾਡੀ ਮੰਗਾ ਨਾ ਮੰਨੀਆ ਤੇ ਇਸ ਤੋਂ ਵੱਡਾ ਵੀ ਜਿਹੜਾ ਸੰਘਰਸ਼ ਕੀਤਾ ਜਾਵੇਗਾ। ਹਾਂਜੀ ਆਪਣਾ ਨਾਮ ਦਾ ਜੋ ਬੋਲੇ ਸੋਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਦਾਸ ਪੰਕ੍ਰੇ ਨਾ ਸ਼ਿਰਗਿਲ ਮੁਖੀ ਵਾਲਮੀਕ ਸੰਸਦ ਸਭਾ ਤੋਂ ਜੋ ਕਿ ਕੱਲ ਪਰਸੋਂ ਹੀ ਸਾਡੇ ਸਮਾਜ ਦੇ ਆਗੂ ਪੱਪਾ ਸ਼ਨੀ ਨਾ ਜੀ ਦਾ ਜਿਹੜੀ ਬਦਸਲੂਕੀ ਕੀਤੀ ਗਈ ਹੈ ਕੀਤੀ ਗਈ ਹੈ ਏਸੀਪੀ ਨਾਰਥ ਵੱਲੋਂ ਵਰਿੰਦਰ ਸਿੰਘ ਹੋਸਾ ਜੀ ਤੇ ਉਹਦੇ ਸਬੰਧ ਵਿੱਚ ਮੈਂ ਵੀ ਉਹਨੂੰ ਫੋਨ ਕੀਤਾ ਸੀ ਤੇ ਉਹ ਕਹਿੰਦਾ ਸੀ ਬਾਬਾ ਜੀ ਭੇਜ ਦਿਓ ਪਰ ਕੱਲ ਵੀ ਉਹਦਾ ਹਾਲ ਪਰਸੋਂ ਵਾਲਾ ਹੀ ਰਿਹਾ ਵੀ ਜਿਹੜੇ ਮੈਂ ਕੋਈ ਜਿਹੜੇ ਸਮਾਜ ਦੇ ਆਗੂ ਭੇਜੇ ਸੀ ਪਰ ਉਹਨਾਂ ਨੂੰ ਵੀ ਉਹ ਜਿਹੜਾ ਟਾਈਮ ਦੇ ਕੇ ਮਿਲਿਆ ਨਹੀਂ ਆ ਉਹਨੇ ਠੀਕ ਹੀ ਨਹੀਂ ਸਮਝਿਆ ਵੀ ਸਮਾਜ ਨੂੰ ਅਸੀਂ ਟਾਈਮ ਦਈਏ ਕਿਉਂਕਿ ਵੀ ਟਾਈਮ ਦੇ ਕੇ ਬਾਹਰ ਖਲਾਰ ਛੱਡਿਆ ਪਹਿਲਾਂ ਕਹਿੰਦਾ ਵੀ ਇੱਕ ਘੰਟਾ ਬਾਹਰ ਖਲੋਤੇ ਰਹੋ ਬਾਅਦ ਚ ਉਹਨਾਂ ਬਾਅਦ ਚ ਕਹਿੰਦਾ ਮੇਰੀ ਮੀਟਿੰਗ ਆ ਤੇ ਦੱਸ ਜੇ ਨਹੀਂ ਟਾਈਮ ਤੇ ਫੋਨ ਤੇ ਉਹਦੋਂ ਕਹਿ ਦਿੰਦਾ ਵੀ ਭਾਜੀ ਬਾਬਾ ਜੀ ਕੱਲ ਆ ਜਿਓ ਜੇ ਅੱਜ ਅਸੀਂ ਇਹ ਰਿਸਾਬ ਦਾ ਮੰਗ ਪੱਤਰ ਦਿੱਤਾ ਵਾ ਤੇ ਉਹ ਰਹੀਂ ਇਹਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਨਹੀਂ ਮੈਂ ਹੋਣੀ ਦਿਨਵਾਈ ਦੀ ਜੇ ਅਉਣ ਵਾਲੀ ਰਣਨੀਤੀ ਆਉਣ ਵਾਲੀ ਰਣਨੀਤੀ ਸਾਰੀ ਜਿਵੇਂ ਬੰਦੀਆਂ ਨਾਲ ਗੱਲ ਕਰਕੇ ਤੇ ਇਹ ਜਿਹੜਾ ਸੰਘਰਸ਼ ਤਗੜਾ ਹੀ ਵਿਡਾਂਗੇ ਇਹਦੇ ਖਿਲਾਫ